पंजाबी सभ्याचार विच सौण महीने की विशेष महत्ता है। इस महीने मापे जिथे अपनियां धीआं नूं संतारे दे रूप विच मठियाईआं लै के जांदे हन, उत्थे महीने ही तीआं दा त्यौहार मनाया जांदा है। तीआं सौण दे महीने नूं तीज नूं शुरू हुंदियां हन अते पुन्निआं नूं खत्म हो जांदियां हन। रीत मुताबक मापे अपने धीआं नूं सौण महीना शुरू होण तों पहलां ही पेके लै के आउंदे हन। कुड़ियां हत्थां ते मेहंदी लाउंदियां हन अते रंग बिरंगीआं चूड़ियां भी चढ़ाउंदियां हन। पिंड की सांझी थां ते जांदियां हन, गिद्दा ते बोलियां पाईआं जांदियां हन। इस तरह ही अज तीआं दा त्यौहार दिड़वा दे पिंड टंडोली कलां विखे नगर निवासियों के सहयोग नाल नगर पंचायत वल्लों मनाया गया। हाँ जी, ये तीआं दा इतिहास सी जिहड़ा अलोप हो चुकिया सी ते हुण ये दुबारा सुरजीत हो रहा है। ये कि असीं ये समझदे हां, पर की ये की धन्नवाद है जी जो भी ये कर रहे ने, एक ना उपराला भी तीआं दुबारों लगनिया चाहीदियां ने। इहदे विच ये असीं ये देखदे हां कि एक कुड़ियां जिहड़ियां भी आपदे सहुरे हुंदियां ने, देखा उन्हां दा मिलाप हुंदा जी अपनियां बिछड़ियां सहेलियां दे नाल। दूजी गल ये एक रीझ है जी हर किसी की जी, जिहड़ी तीआं दे विच जहार हुंदी है। ਅਸੀਂ ਇਸ ਨੂੰ ਬਹੁਤ ਵਧੀਆ ਢੰਗ ਨਾਲ ਦੇਖ ਰਹੇ। ਅਸੀਂ ਇਹ ਵੀ ਕਹਿ ਰਹੇ ਹਾਂ ਕਿ ਵੀ ਆਉਣ ਵਾਲੇ ਸਮੇਂ 'ਚ ਅਸੀਂ ਇਹ ਤੀਆਂ ਨੇ ਜਿਹੜੀਆਂ 10-15 ਦਿਨ ਲੱਗਦੇ ਸੀ, ਅਸੀਂ ਇਸੇ ਤਰ੍ਹਾਂ ਹੀ ਲਗਾਈਏ। ਕਿਉਂ ਪਿੰਡ ਦੇ ਲੋਕ ਤੁਹਾਡੇ ਉਹ ਤੁਹਾਡੇ ਤੇ ਮਾਣ ਕਰ ਰਹੇ ਨੇ, ਕਹਿੰਦੇ ਕਿ ਸਰਪੰਚ ਸਾਹਿਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ, ਇਸ ਤਰ੍ਹਾਂ ਦਾ ਅੱਜ ਤੱਕ ਕਦੇ ਵੀ ਨਹੀਂ ਹੋਇਆ, ਕਿੰਨਾ ਕੁ ਮਾਣ ਮਹਿਸੂਸ ਕਰਦਾ? ਹਾਂਜੀ ਹਾਂ, ਅਸੀਂ ਪਿੰਡਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਸਾਡੇ ਤੇ ਮਾਣ ਮਹਿਸੂਸ ਕਰ ਰਹੇ ਨੇ। ਤੇ ਹਾਂਜੀ ਹਾਂ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੋਇਆ ਸੀ ਅੱਗੇ, ਤੇ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਅਸੀਂ ਇਸ ਤੋਂ ਵੀ ਬਿਹਤਰ ਕਰੀਏ ਅੱਗੇ ਤੋਂ। ਨਹੀਂ ਜੀ, ਬਿਲਕੁਲ ਨਹੀਂ ਇੱਦਾਂ ਦਾ। ਪਹਿਲਾਂ ਫਸਟ ਫੰਕਸ਼ਨ ਹੈ ਜੀ ਸਾਡੇ ਪਿੰਡ ਦਾ। ਇਸ ਤੋਂ ਪਹਿਲਾਂ ਸਾਡੇ ਢੰਡੋਲੀ ਕਲਾਂ ਵਿੱਚ ਕਦੇ ਵੀ ਕੋਈ ਇੱਦਾਂ ਕੁੜੀਆਂ ਦਾ ਕੋਈ ਫੰਕਸ਼ਨ ਨਹੀਂ ਹੋਇਆ। ਅਸੀਂ ਇੰਜੋਏ ਬਹੁਤ ਕਰਦੇ ਸੀ, ਬਾਹਰ ਅਟੈਂਡ ਕਰਦੇ ਸੀਗੇ ਆਪਦਾ ਖੁਦ ਅਰੇਂਜ ਕਰਕੇ, ਜਿਵੇਂ ਟੀਚਰਸ, ਮੈਂ ਇੱਥੇ ਟੀਚਰ ਹਾਂ ਜੀ ਗੌਰਮੈਂਟ, ਇੱਥੇ ਇਸੇ ਸਕੂਲ 'ਚ ਡਿਊਟੀ ਹੈ ਮੇਰੀ। ਬਟ ਕਦੇ ਵੀ ਮੈਨੂੰ ਇਹ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਸੀ ਕਿ ਸਾਡੇ ਪਿੰਡ ਪੱਧਰ 'ਤੇ ਲੜਕੀਆਂ ਲਈ ਖੇਡਾਂ ਬੇਸ਼ੱਕ ਹੁੰਦੀਆਂ ਸੀ, ਟੂਰਨਾਮੈਂਟ ਹੁੰਦੇ ਸੀ, ਬਟ ਲੜਕੀਆਂ ਲਈ ਕਦੇ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਔਰਗਨਾਈਜ਼ ਨਹੀਂ ਕੀਤਾ ਜਾਂਦਾ ਸੀ। ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਵੀ ਇੱਦਾਂ ਸਾਡੇ ਮਨ 'ਚ ਹੈਗਾ ਹੈ ਨਾ ਵੀ ਸਾਰੀਆਂ ਕੁੜੀਆਂ ਪਿੰਡ ਦੀਆਂ ਇਕੱਠੀਆਂ ਹੋਣ, ਜਿਵੇਂ ਪੁਰਾਣੀਆਂ ਹੈਗੀਆਂ ਕੁੜੀਆਂ ਆਉਂਦੀਆਂ, ਪੇਕੀ ਇੱਕ ਤਾਂ ਰੱਖੜੀ ਦਾ ਤਿਉਹਾਰ ਆਉਂਦਾ, ਉਹ ਆਲਮੋਸਟ ਰੱਖੜੀ ਦੇ ਤਿਉਹਾਰ 'ਤੇ ਸਾਰੀਆਂ ਕੁੜੀਆਂ ਪਿੰਡ ਦੀਆਂ ਆਉਂਦੀਆਂ ਹੈ ਨਾ। ਅਤੇ ਨਹੀਂ, ਸਾਰੇ ਆਏ ਹੋਏ ਨੇ ਜੀ, ਅਸੀਂ ਖੁਦ ਵੀ ਆਪਦੇ ਵੀ ਹੈ ਨਾ ਦੋਸਤ ਫਰੈਂਡਸ ਬੁਲਾਏ ਹੋਏ ਨੇ, ਸਾਰੇ ਕੁੜੀਆਂ ਵੀ ਬੁਲਾਈਆਂ ਹੋਈਆਂ ਹੈ ਨਾ ਸਾਰੇ, ਬਹੁਤ ਜ਼ਿਆਦਾ ਜੀ। ਅੱਜ ਤਾਂ ਸਾਨੂੰ ਪੁੱਛੋ ਹੀ ਨਾ, ਸਾਡੇ ਫੇਸ ਆਉਂਦੇ ਤੁਹਾਨੂੰ ਪਤਾ ਲੱਗਦਾ ਹੁੰਦਾ ਕਿੰਨਾ ਕੁ ਇੰਜੋਏ ਕੀਤਾ ਗਾ ਅਸੀਂ। ਅਸੀਂ ਬਹੁਤ ਧੰਨਵਾਦੀ ਹਾਂ ਜੀ ਪਿੰਡ ਦੀ ਪੰਚਾਇਤ ਦੀ। ਰਵਾਇਤ ਪਤਾ ਹੀ ਹੈਗੀ ਆ ਕਿ ਜਿਹੜੀਆਂ ਹੈਗੀਆਂ ਕੁੜੀਆਂ ਹੈ ਨਾ ਸੌਰੀ ਹੁੰਦੀਆਂ, ਤੀਆਂ ਦੇ ਦਿਨਾਂ ਵਿੱਚ ਆਪਣੇ ਪੇਕੇ ਪਿੰਡ ਆਉਂਦੀਆਂ, ਤੀਆਂ ਦੇ 15 ਦਿਨਾਂ ਦੀਆਂ ਤੀਆਂ ਹੁੰਦੀਆਂ, ਇੰਜੋਏ ਕਰਕੇ ਸੋਹ ਰੱਖੜੀ ਤੋਂ ਬਾਅਦ ਆਪਦੇ ਜਾਂਦੀਆਂ ਵੀਰਾਂ ਨੂੰ ਬੰਨ ਕੇ ਹੈ ਨਾ। ਅਤੇ ਜਿਹੜੀਆਂ ਕਹਿੰਦੇ ਹੁੰਦੇ ਨੇ ਤੀਆਂ, ਰਵਾਇਤੀ ਇਹ ਹੈਗਾ ਗਾ ਕਿ ਜਿੰਨੇ ਕਿ ਸਹੁਰਿਆਂ ਨਾਲ ਗਿਲੇ ਸ਼ਿਕਵੇ ਹੁੰਦੇ ਆ, ਕੁੜੀਆਂ ਨਾਲ ਸਾਂਝੇ ਕਰਨੇ ਹੁੰਦੇ, ਉਹ ਤੀਆਂ ਦੇ ਦਿਨਾਂ 'ਚ ਹੀ ਕਰਨੇ ਹੁੰਦੇ ਆ ਕੁੜੀਆਂ ਨੇ ਹੈ ਨਾ। ਰਵਾਇਤੀ ਤੌਰ 'ਤੇ ਪੁਰਾਣੇ ਦੇਖੋ ਕਿੰਨੇ ਆਪਣੇ ਸੱਭਿਅਕ ਗੀਤ ਬੋਲੀਆਂ ਸਾਰੀਆਂ ਹੀ ਤੀਆਂ ਨਾਲ ਰਿਲੇਟਡ ਹੈਗੀਆਂ ਬਣੀਆਂ ਹੋਈਆਂ। ਇੱਕ ਕੁੜੀਆਂ ਦੇ ਦਿਲ ਦਾ ਜਜ਼ਬਾ ਹੁੰਦਾ ਜਿਹੜਾ ਤੀਆਂ ਦੇ ਦਿਨਾਂ 'ਚ ਬੋਲੀਆਂ 'ਚ ਗਿੱਧਿਆਂ 'ਚ ਗੀਤਾਂ 'ਚ ਪੇਸ਼ ਕਰਦੀਆਂ ਹੈਗੀਆਂ ਹੈ ਨਾ। ਬਸ ਪੰਚਾਇਤ ਨਗਰ ਨਿਵਾਸੀਆਂ ਦੇ ਸਾਥ ਨਾਲ ਇਹ ਜਿਹੜਾ ਤਿਉਹਾਰ ਸੀਗਾ ਇਹ ਵਿਛੜ ਚੁੱਕੇ ਸੀ ਤਿਉਹਾਰ। ਅਸੀਂ ਵੈਸੇ ਤਾਂ ਸਾਰੇ ਸਰਪੰਚਾਂ ਨੇ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਦਿਨ ਦਾ ਪ੍ਰੋਗਰਾਮ ਰੱਖਿਆ ਸੀ, ਅਸੀਂ ਨਵੇਕਲਾ ਜਿਹਾ ਰੱਖਿਆ ਸੀ, 2 ਦਿਨ ਦਾ ਪ੍ਰੋਗਰਾਮ ਰੱਖਿਆ ਜੀ। ਇਹ 'ਚ ਪ੍ਰਬੰਧ ਦੇਖੋ ਜੀ, ਦੁਕਾਨਾਂ ਦਾ ਸਾਡਾ ਸਾਰੀਆਂ ਦੁਕਾਨਾਂ ਲਵਾਈਆਂ ਨੇ, ਸਟਾਲਾਂ ਲਵਾਈਆਂ ਨੇ, ਆਪਣੇ ਝੂਲਿਆਂ ਦਾ ਸਾਰਾ, ਖੇਡਾਂ ਦਾ, ਬੱਚਿਆਂ ਦਾ ਅਤੇ ਲੰਗਰ ਪਾਣੀ ਦਾ, ਪਕੌੜੇ ਜਲੇਬੀਆਂ ਜੀ ਫ੍ਰੀ ਲੰਗਰ ਚੱਲ ਰਿਹਾ। ਮੈਂ ਆਪਣੇ ਪੰਜਾਬ 'ਚ ਦੇਖਿਆ, ਖਾਸ ਕਰਕੇ ਪਿੰਡਾਂ 'ਚ ਦੇਖਿਆ ਕਿ ਆਪਣੇ ਲੋਕ ਜਦ ਤੱਕ ਆਪਣੇ ਘਰ ਮੱਝਾਂ ਦੇ ਕਾਂ ਪਾਲਦੇ ਆ ਉਹਨਾਂ ਤੋਂ ਦੁੱਧ ਵੀ ਲੈਂਦੇ ਆ ਅਤੇ ਉਹਦੇ ਬਾਅਦ ਦੁੱਧ ਵੇਚ ਕੇ ਆਪਣਾ ਇੱਕ ਇਨਕਮ ਦਾ ਸਾਧਨ ਵੀ ਬਣਾਉਂਦੇ ਆ। ਉਵੇਂ
बाकी फसलों के नाल बहुत सारे किसान अपने पिंडां विच सब्जियां दी खेती करते हैं, फ्रूट भी दे बूटे भी लाए है। पर कई बार मैं देखिया कि दुध के रेट बड़े डिग पैंदे आ, सब्जियां दे रेट बड़े डिग पैंदे आ, तो उन्हां दा बहुत वड्डा नुकसान हुंदा है। श्रोमणी अकाली दल बहुजन समाज पार्टी जो सरकार बनेगी, असी वादा करते हैं कि हर साल दुध ते सब्जियां ते MSP डिकलेयर की जाऊगी। वो तो घट जे रेट डिगे तो वह जो फर्क है वो थोड़ी आने वाली सरकार थोड़े खात्या जाऊगी।